ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਮੇਲੇ ਦਾ ਪਹਿਲਾ ਦਿਨ ਅਤੇ ਤੁਹਾਨੂੰ ਦਿਖਾਵਾਂਗੇ ਮੇਲਾ ਗੁਰੂ ਘਟਾਲ ਦਾ ਲਾਈਟਿੰਗ ਬੜੀ ਸੋਹਣੀ ਹੈ ਬੜੀ ਖੂਬਸੂਰਤ ਲਾਈਟਿੰਗ ਹੈ ਇਸ ਟਾਈਮ 'ਤੇ ਸੋ ਕਰੋ ਦਰਸ਼ਨ ਜੀ ਸਾਰੇ ਜਣੇ ਜਿਹੜੇ ਨਹੀਂ ਪਹੁੰਚ ਸਕੇ ਮੇਲਾ ਤੁਹਾਨੂੰ ਇੱਥੋਂ ਹੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਮੇਲਾ ਦਿਖਾਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਟਿੰਗ ਬਹੁਤ ਖੂਬਸੂਰਤ ਲਾਈਟਿੰਗ ਜਿਹੜੀ ਹੈਗੀ ਆ ਔਰ ਸਾਹਮਣੇ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਧਰਲੇ ਪਾਸੇ ਲੰਗਰ ਹਾਲ ਲਾਈਟਿੰਗ ਬਹੁਤ ਸੋਹਣੀ ਬਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਹੁਤ ਖੂਬਸੂਰਤ ਲਾਈਟਿੰਗ ਹੋਈ ਹੈ ਮੇਲਾ ਗੁਰੂ ਘਟਾਲ ਦਾ ਸੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਭਜਨ ਮੁਰਾਰੇ ਹਰ ਕੇ ਨਾਮ ਤੇਨ ਸੁਖੇ ਸਾਧਨ ਨਾਮ ਤੇ ਦੁਆਸ ਅੱਜ ਮੇਲੇ ਦਾ ਪਹਿਲਾ ਦਿਨ ਹੈ ਪਹਿਲਾ ਦਿਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾਮ ਤੇਰਾ ਪੇਸ਼ ਨਾਮ ਤੇਰਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਟਾਈਮ ਸਾਡੇ ਨਾਲ ਜੁੜੇ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਜੋ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੂਰਨ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਹੈ ਇਹ ਦੋਦਾ ਤਾਲ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਇੱਥੇ ਜਦੋਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਬਹਿਬਲ ਬਗਰਾੜੀ ਤੋਂ ਹੁੰਦੇ ਹੋਏ ਮੁਕਤਸਰ ਸਾਹਿਬ ਵੱਲ ਗਏ ਹੈ ਇਸ ਜਗ੍ਹਾ 'ਤੇ ਆ ਕੇ ਗਏ ਆ ਮਹਾਰਾਜ ਇਹ ਦੋਦਾ ਤਾਲ ਦਾ ਭਾਵ ਹੈ ਵੀ ਦੋਦੇ ਦੀ ਜੂਹ ਇੱਥੋਂ ਤੱਕ ਹੁੰਦੀ ਸੀ ਦੋਦਾ ਕੌਣੀ ਮੱਤਾ ਤਿੰਨੇ ਭੈਣ ਭਾਈ ਸੀ ਦੋਦਾ ਸਾਰਿਆਂ ਤੋਂ ਵੱਡਾ ਸੀ ਦੋਦੇ ਦੀ ਜੂਹ ਇੱਥੋਂ ਤੱਕ ਹੋਣ ਕਰਕੇ ਦੋਦਾ ਤਾਲ ਦਾ ਭਾਵ ਕੋਈ ਢਾਬ ਨੀਵੀਂ ਜਗ੍ਹਾ ਜਿੱਥੇ ਪਾਣੀ ਹੁੰਦਾ ਉਹਨੂੰ ਢਾਬ ਕਿਹਾ ਜਾਂਦਾ ਹੈ ਜਦੋਂ ਗੁਰੂ ਸਾਹਿਬ ਆ ਕੇ ਬੈਠੇ ਸਿੱਖਾਂ ਦੇ ਸਮੇਤ ਅਤੇ ਮਹਾਰਾਜ ਨੇ ਜਲ ਪਾਣੀ ਛਕਿਆ ਇੱਥੇ ਇੱਕ ਸਰੀਂ ਦਾ ਦਰਖਤ ਹੁੰਦਾ ਸੀ ਉਹਦੇ ਵਿੱਚੋਂ ਮੁਸਲਮਾਨ ਹੁਸੈਨ ਖਾਂ ਮੀਆਂ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਨਾਂ ਲੈ ਕੇ ਕਿਹਾ ਰਾਜੀਆਂ ਹੁਸੈਨ ਖਾਂ ਮੀਆਂ ਮਹਾਰਾਜ ਦੇ ਮੁੱਖੋਂ ਆਪਦਾ ਨਾਂ ਸੁਣ ਕੇ ਉਹ ਬਹੁਤ ਖੁਸ਼ ਹੋਇਆ ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਅੱਜ ਮੈਨੂੰ ਮੁਕਤੀ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤੀ ਦਾ ਵਰ ਦਿੱਤਾ ਇਸ ਜਗ੍ਹਾ 'ਤੇ ਇਸ ਜਗ੍ਹਾ ਦੇ ਉੱਤੇ ਅੱਠ ਚੁੰਡਾ ਸਰੋਵਰ ਬਣਿਆ ਜੀ ਜੋ ਵੀ ਕੋਈ ਪੁਰਾਣੀ ਸ਼ਰਧਾ ਦੇ ਨਾਲ ਇਸ਼ਨਾਨ ਕਰਦਾ ਉਹਦੀਆਂ ਮਨੋਕਾਮਨਾ ਭਾਵਨਾ ਸੰਪੂਰਨ ਹੁੰਦੀਆਂ ਇਹੀ ਇੱਥੋਂ ਦਾ ਜਿਹੜਾ ਸੂਖਮ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪੁੰਨਿਆ ਵੀ ਬਹੁਤ ਭਾਰੀ ਲੱਗਦੀ ਹੈ ਨਾ ਹਾਂਜੀ ਇੱਥੇ ਗੁਰੂ ਸਾਹਿਬ ਜੀ ਨੂੰ ਆਉਣ ਦੀ ਖੁਸ਼ੀ ਦੇ ਵਿੱਚ 2-3-4 ਅੱਸੂ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ ਪੂਰਨਮਾਸੀ ਅਤੇ ਮੱਸਿਆ ਦਾ ਦਿਹਾੜਾ ਵੀ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਸੋ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤ ਸਾਲਾਨਾ ਜੋੜ ਮੇਲੇ 'ਤੇ ਹਾਜ਼ਰੀਆਂ ਭਰੋ ਗੁਰੂ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ 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 ਜੀ ਮਾਤਾ ਬ੍ਰਹਮਾ ਦੇ ਜਮ ਵਿਚਾਰਾ ਲੱਖ ਨਗਰ ਤੇ ਆ ਜਵਾਈ
हाँ जी पिंड के कोठे सरावां के मुंडे सेवादार कोठे सरावां के सेवादार पहुंचे हुए हैं इन्होंने नाल गलबात करते हैं। हाँ जी की हाल चाल है? वाहिगुरु जी का खालसा वाहिगुरु जी की फतेह जी। हाँ जी मेला जी सुबह तो चल रहा जी तो सुबह तो अभी सेवा कर रहे हैं। सब पहले तो मैं सालाना मेले दिया बहुत बहुत लख लख बधाई जी। संगत आई जाती है जी जाई जी मत्था टेक जी। बहुत वधिया गल है जी नौजवान मुंडे सेवा करते हैं ना सेवा का पुन सेवा का फल जरूर मिलेगा। चंगी गल है भी यूथ नूं इस पासे भी आना चाहिए सेवा वाले पासे। सवेर दे तुसीं लगे आए थे कदों? चल जो भी आए जो टाइम मिले तुहानूं कढ़िया टाइम दे विचों टाइम। हर साल सेवा करते हैं? हाँ जी हाँ जी हर साल ही करते जी। बाकी घरे भी तो करना हुंदा पर एक दिन इत्थे करना तो मुश्किल हुंदा जी। वधिया गल है थैंक यू। हाँ जी गुरद्वारा साहब गुरु की टाब मेला और लाइटिंग के नज़ारे थोड़ा दिखाने बहुत खूबसूरत बहुत ही पीसफुल इस वास इस टाइम तो माहौल बहुत शांतिपूर्ण बहुत पीसफुल है बहुत खूबसूरत लाइटिंग तालाब कल नू इत्थे पूरा जोर पवेगा बहुत जनता बहुत रश बहुत संगतां बहुत संगत इस जगह पर पहुँचूगी। संगत ही जड़ी मेले की जड़ी खूबसूरती हुंदी है जिस जगह के उत्ते संगत जुड़ जाती है धन धन हो जाती है और कल नू इस जगह के उत्ते लोग आके इनान करनगे गुरद्वारा साहब के तालाब के विच। और वीडियो नू वध तों वध शेयर जरूर करो जिन्ना भी कर सकते हैं। लाइटिंग बहुत सोहनी हुई भी है ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਾਂਗੇ ਹੁਣ ਆਪਾਂ ਬਿਲਕੁਲ ਫਸਟ ਡੇ ਦਾ ਈਵਨਿੰਗ ਹੈ ਦਰਸ਼ਨ ਕਰਾਉਣੇ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਤੁਹਾਨੂੰ ਕਰਾਵਾਂਗੇ और जिन्होंने मेले ते नहीं पहुँच सके वो जरूर इस वीडियो नूं इस वीडियो के जरिए मेले नाल जुड़ सकते हैं वध तों वध शेयर भी करो। बहुत ही पीसफुल माहौल जी दर्शन करो जी सारे जने हाँ जी करो सारे जने दर्शन जिहड़े नहीं पहुँच सके तुहानू मेला दिखाउणे और लाइटिंग खूबसूरत लाइटिंग ਦਾ ਨਜ਼ਾਰਾ ਮੇਲੇ ਸਾਡੇ ਪੰਜਾਬ ਦਾ ਇਤਿਹਾਸ ਪੰਜਾਬ ਦਾ ਵਿਰਸਾ ਔਰ ਇਹ ਮੇਲੇ ਵਧਣੇ ਫੁੱਲਣੇ ਚਾਹੀਦੇ ਆ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਦੇ ਨਾਲ ਜੁੜਨਾ ਚਾਹੀਦਾ ਭਾਵੇਂ ਕਿੰਨਾ ਵੀ ਮੀਡੀਆ ਆ ਗਿਆ ਕੁਛ ਵੀ ਆ ਗਿਆ ਪਰ ਮੇਲੇ ਸਾਡੀ ਵਿਰਾਸਤ ਹੈ ਦੇਖੋ ਜੀ ਬਹੁਤ ਖੂਬਸੂਰਤ ਨਜ਼ਾਰਾ ਬਣਿਆ इधरले पासे दीवान हाल सजे हुए है और रात नूं दीवान हाल चलणगे सामने दीवान हाल है जी कल नूं इत्थे संगतां अज भी दीवान हाल चल रहे है और कल नूं भी चलणगे परसों तक ठीक है जी कल नूं दिन वेले भी दीवान हाल सजणगे सो वीडियो नूं वध तों वध शेयर जरूर करियो हर साल की तरह इस साल भी मेला जड़ा बड़ी धूमधाम नाल मनाया जा रहा है।
इधरले पासे दुकाना लग दी जी, थोड़ा दूर है जो थानू नीचे जाके दिखावांगे सारा। निशान साहब ये साढ़े निशानी है जी गुरुद्वारा साहब दी, और वीडियो नू जरूर शेयर करो वध तो वध खिंच के, जिन्ना ने भी दर्शन नहीं किते करो जी दर्शन। घरे बैठ के मेला तुहानू दिखा रहे हैं सारे नू लाइव, वीडियो रिकॉर्डेड है ही, सो वध तो वध शेयर करो। हाँ जी पिंड सरावां वाली वो भी गुरु घटाव के मेले से लंगर लाया गया, सेवादार सारे लगे आ जोर शोर के नाल सेवा कर रहे हैं। अज कदा लंगर लाया आप बई सरावां वाली? हाँ जी चाह का लड्डुआ का लंगर जो सरावां वाली लाया गया, सेवादार लगे हुए है तो सेवा कर रहे हैं, कराने सारे के दर्शन। ਮੇਲਿਆਂ ਦੀ ਸ਼ਾਨ ਇੱਧਰਲੇ ਪਾਸੇ ਸਾਰੇ ਜਣੇ ਸਾਰੇ ਸਰਾਵਾਂ ਦੇ ਸੇਵਾਦਾਰ ਬੈਠੇ ਆ, ਸੇਵਾ ਤੇ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਗੱਲ ਆ ਜੀ, ਚੰਗੀ ਗੱਲ ਆ। ਹਾਂਜੀ ਲੰਗਰ ਲੱਗੇ ਹੋਏ ਆ ਤੇ ਸਾਰੀ ਸੰਗਤ ਲੰਗਰ ਦੇ ਵਿੱਚ। ਹਾਂਜੀ ਬਾਬਾ ਜੀ ਕੀ ਬਣਾ ਰਹੇ ਹੋ ਕੱਲ ਵਾਸਤੇ? ਕੀ ਬਣਾ ਰਹੇ ਹੋ? ਕੱਲ ਨੂੰ ਸਬਜ਼ੀ ਬਣਾਵਾਂਗੇ ਬਾਈ। ਸਬਜ਼ੀ ਬਣਾਉਣੀ ਆ, ਠੀਕ ਹੈ ਜੀ, ਲੰਗਰ ਵਾਸਤੇ। ਠੀਕ ਹੈ ਜੀ, ਸਬਜ਼ੀ। ਇਧਰਲੇ ਪਾਸੇ ਵੀ ਮੁੰਡੇ ਸੇਵਾਦਾਰ ਇਕੱਠੇ ਹੋਏ ਹੋਏ ਆ, ਸੇਵਾਦਾਰ ਮੁੰਡੇ ਲੱਗੇ ਹੋਏ ਆ। ਪਿੰਡ ਪਿੰਡ ਕਿਹੜਾ ਜੀ ਤੁਹਾਡਾ? ਨਾਲਵੇਲ ਸਿੰਘ ਜੀ। ਹਰ ਸਾਲ ਆਉਣੇ ਆ ਜੀ ਸੇਵਾ ਤੇ? ਹਾਂਜੀ ਹਾਂਜੀ ਹਰ ਸਾਲ 10 ਸਾਲ। ਬਹੁਤ ਵਧੀਆ ਗੱਲ ਆ ਜੀ, ਸੇਵਾਦਾਰ ਲੱਗੇ ਹੋਏ ਆ। ਪਾਣੀ ਗਰਮ ਹੈ ਧਿਆਨ ਨਾਲ, ਤੁਹਾਨੂੰ ਕਰਾਉਣੇ ਆ ਸਾਰੇ ਲੰਗਰ ਜਿੰਨੇ ਵੀ ਲੱਗੇ ਉਹਨਾਂ ਦੇ ਦਰਸ਼ਨ। ਤੇ ਇਧਰਲੇ ਪਾਸੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ ਜੀ, ਬਾਈ ਜੀ ਕਿਹੜਾ ਪਿੰਡ ਹੈ ਤੁਹਾਡਾ? ਰਮਾਣਾ ਅਲਵੇਰ ਸਿੰਘ ਜੀ। ਅਲਵੇਰ ਸਿੰਘ, ਕਿੰਨੇ ਸਾਲ ਤੋਂ ਲੰਗਰ ਲਾ ਰਹੇ ਹੋ ਤੁਸੀਂ? ਲੰਗਰ ਅਸੀਂ 12-13 ਸਾਲ ਹੋ ਗਏ ਜੀ। ਤਕਰੀਬਨ 12-13 ਸਾਲ ਹੋ ਗਏ ਤੁਹਾਨੂੰ, ਤੇ ਸੇਵਾ ਦੀ ਭਾਵਨਾ ਬਹੁਤ ਵਧੀਆ ਗੱਲ ਹੈ, ਔਰ ਇਸ ਤਰ੍ਹਾਂ ਦੇ ਲੰਗਰ ਲੱਗਣੇ ਚਾਹੀਦੇ ਆ। ਇਹ ਇੱਕ ਸਾਡੇ ਲੰਗਰ ਪ੍ਰਥਾ ਬਹੁਤ ਜਿਹੜੇ ਬਾਬਾ ਨਾਨਕ ਵੇਲੇ ਦੀ ਚੱਲ ਰਹੀ ਹੈ, ਹੈ ਨਾ, ਔਰ ਤੁਸੀਂ ਬਹੁਤ ਵਧੀਆ ਗੱਲ ਹੈ ਵੀ ਇਹਦੇ ਵਿੱਚ ਯੋਗਦਾਨ ਪਾਇਆ। ਰਾਮਦਾਸ ਜੀ ਨੇ ਲੰਗਰ ਦੀ ਚਲਾਈ ਸੀ ਜੀ ਪ੍ਰਥਾ। ਹਾਂਜੀ ਠੀਕ ਹੈ ਜੀ, ਧੰਨਵਾਦ। ਬਾਈ ਜੀ ਤੁਸੀਂ ਕਿੰਨੇ ਕੁ ਮੁੰਡੇ ਸੇਵਾਦਾਰ ਅੱਜ ਸਵੇਰ ਦੇ ਲੱਗੇ ਹੋਏ ਆ? ਸਾਡੇ 25-30 ਜਾਣੇ ਆ ਜੀ, ਨੌਜਵਾਨ ਸੇਵਾਦਾਰ। ਨੌਜਵਾਨ ਸੇਵਾਦਾਰ, ਸਾਰੇ ਨਗਰ ਦਾ ਸਹਿਯੋਗ ਆ, ਤੇ ਉਹ ਸਾਰੇ ਨਗਰ ਦੇ ਸਹਿਯੋਗ ਨਾਲ ਹਰ ਸਾਲ ਪਹਿਲਾਂ ਪ੍ਰਸ਼ਾਦਿਆਂ ਦਾ ਲਾਉਂਦੇ ਸੀ, ਫਿਰ ਉਸ ਤੋਂ ਬਾਅਦ ਪੂਰੀਆਂ ਛੋਲਿਆਂ ਦਾ, ਐਤਕੀ ਵਾਰ ਸੰਗਤ ਨੂੰ ਨਾਨ ਦਾ ਲੰਗਰ ਲਾਇਆ ਜਾਣਾ ਰਮਾਣਾ ਅਲਵੇਰ ਸਿੰਘ ਦੀ ਸੰਗਤ ਵੱਲੋਂ, ਅਤੇ ਸੰਗਤਾਂ ਸੇਵਾ ਕਰਾਂਗੇ ਵੱਧ ਚੜ੍ਹ ਕੇ। ਸਾਰੇ ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗ ਮਾਈਆਂ ਬੀਬੀਆਂ ਤਹਿ ਦਿਲੋਂ ਸੇਵਾ ਕਰਦੀਆਂ। ਬਹੁਤ ਬਹੁਤ ਦਸਵੇਂ ਪਾਤਸ਼ਾਹ ਜੀ ਗੁਰੂ ਘਟਾਵ ਗੁਰਦੁਆਰਾ ਸਾਹਿਬ ਵਿਖੇ ਨਾਸਮਤ ਹੁੰਦੀਆਂ ਸੰਗਤਾਂ, ਅਤੇ ਸੰਗਤ ਦੀ ਸੇਵਾ ਕਰਦੇ ਹਾਂ ਅਸੀਂ। ਬਿਲਕੁਲ ਜੀ, ਸੇਵਾ ਦੀ ਭਾਵਨਾ ਜਿਹੜੀ ਬਹੁਤ ਵਧੀਆ ਗੱਲ ਆ, ਔਰ ਇਹ ਅੱਗੇ ਅੱਗੇ ਵਧਣੀ ਚਾਹੀਦੀ ਹੈ। ਸਾਡਾ ਵਿਰਸਾ, ਸਾਡੇ ਪੰਜਾਬ ਦਾ ਇਤਿਹਾਸ, ਸਾਡਾ ਵਿਰਸਾ ਹੈ। ਜਿਹੜੇ ਮੇਲੇ ਲੱਗਦੇ ਆ ਉਹਨਾਂ ਵਿੱਚ ਜਿਹੜੇ ਲੰਗਰ ਲਾਏ ਜਾਂਦੇ ਆ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਜੀ। ਹਾਂਜੀ ਇਸ ਵਕਤ ਆਪਾਂ ਪਹੁੰਚੇ ਹਾਂ ਲੰਗਰ ਹਾਲ ਦੇ ਬਾਹਰਲੇ ਪਾਸੇ, ਜਿਹੜੇ ਲੰਗਰ ਲੱਗੇ ਹੋਏ ਆ। ਪਿੰਡ ਆਕਲੀਆ ਕਲਾਂ, ਆਕਲੀਆ ਕਲਾਂ ਦੀ ਸੰਗਤ ਖੜੀ ਹੈ, ਸਾਰੇ ਸੇਵਾਦਾਰ ਮੌਜੂਦ ਹੈ ਜਿਨ੍ਹਾਂ ਨੇ ਕਿ ਇਸ ਲੰਗਰ ਦੇ ਵਿੱਚ ਸ਼ਰਧਾ ਦੇ ਨਾਲ ਹਿੱਸਾ ਪਾਇਆ। ਬਾਈ ਜੀ ਕਦੋਂ ਤੋਂ ਸ਼ੁਰੂ ਕੀਤਾ ਜੀ? ਆਪਣੇ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਜੀ ਪਿੰਡ ਆਕਲੀਆ ਕਲਾਂ, ਆਪਾਂ ਸਾਰੇ ਪਿੰਡ ਵੱਲੋਂ ਇਹ ਮਿਲ ਕੇ ਆਪਾਂ ਲੰਗਰ ਲਾਉਂਦੇ ਹਾਂ,
ਬਾਬਾ ਨੈਣ ਸਿੰਘ ਜੀ ਦਾ ਨਗਰ ਹੈ। ਸੰਤ ਬਾਬਾ ਨੈਣ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਤੇ ਸਮੂਹ ਪੰਡਾਤਰੀਆ ਕਲਾਂ ਵੱਲੋਂ ਲਾਇਆ ਜਾਂਦਾ। 2006 ਤੋਂ ਆਪਾਂ ਇਹ ਲੰਗਰ ਲਾ ਰਹੇ ਹਾਂ ਤੇ ਸਾਰਾ ਪਿੰਡ ਇਹਦੇ ਵਿੱਚ ਸਾਰਾ ਪਿੰਡ ਦਾ ਸਾਥ ਹੁੰਦਾ ਕਿ ਆਪ ਦੇਖ ਹੀ ਸਕਦੇ ਹੋ ਕਿ ਨੌਜਵਾਨ ਬੱਚੇ ਬਜ਼ੁਰਗ ਸਾਰੇ ਇਹਦੇ ਵਿੱਚ ਸਾਥ ਦਿੰਦੇ ਆ ਕਿਉਂਕਿ ਪਹਿਲਾਂ ਤੋਂ ਪ੍ਰਣ ਕੀਤਾ ਹੋਇਆ ਕਿ ਹਰੇਕ ਸਾਲ ਲੰਗਰ ਲਗਾਉਣਾ ਹੀ ਲਗਾਉਣਾ ਹੈ। ਇਸ ਲਈ ਹਰੇਕ ਸਾਲ ਅਸੀਂ ਪਿੰਡ ਅਕਲੀਆਂ ਕਲਾਂ ਅਤੇ ਸੰਤ ਬਾਬਾ ਨੈਣ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ 2006 ਤੋਂ ਇਹ ਲੰਗਰ ਲਾਏ ਜਾਂਦੇ। ਥੈਂਕ ਯੂ ਬਾਬਾ ਭਗਤ ਸਿੰਘ ਕਾਰ ਸੇਵਾ ਵਾਲੇ ਉਹ ਸ਼ੁਰੂ ਕਰਾ ਕੇ ਗਏ ਸੀਗੇ। ਜੀ ਠੀਕ ਹੈ ਜੀ, ਧੰਨਵਾਦ ਜੀ। ਸੇਵਾ ਚੱਲ ਰਹੀ ਹੈ ਔਰ ਸੰਗਤਾਂ ਛਕ ਰਹੀਆਂ ਲੰਗਰ।
ਨੂੰ ਦਿਖਾਉਣੇ ਆ। ਸਾਡੇ ਲੰਗਰ ਪ੍ਰਥਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸੇਵਾਦਾਰ ਜੁੜੇ ਹੋਏ ਆ ਮੇਲੇ ਖਰੀਦ ਢਾਬ ਦੇ ਵਿੱਚ।